ਇੱਕ ਯੂਥ ਮਿਲਣੀ ਸੀ ਜਿਹੜੀ ਇਹਨਾਂ ਨੇ ਯੂਥ ਕਾਂਗਰਸ ਦੇ ਜਿਹੜੇ ਨੈਸ਼ਨਲ ਚੋਂ ਪ੍ਰਭਾਰੀ ਆ ਉਹ ਵੀ ਰਾਮਵੀਰ ਜੀ ਵੀ ਆਏ ਸੀ, ਜਿਹਦੇ ਵਿੱਚ ਅੱਜ ਮੈਨੂੰ ਬਹੁਤ ਆਨੰਦ ਹੋਇਆ ਕਿ ਇੰਨੇ ਨੌਜਵਾਨ ਇੱਕ ਥਾਂ ਇਕੱਠੇ ਹੋਣਾ ਇਹ ਬਹੁਤ ਵੱਡੀ ਗੱਲ ਆ। ਨੌਜਵਾਨਾਂ ਦੇ ਨੂੰ ਸਾਡੇ ਕੋਲ ਆਸ ਆ, ਇਹਨਾਂ ਜਿਹੜੀ ਭਾਜਪਾ ਦੀ ਕੇਂਦਰ ਸਰਕਾਰ ਆ ਅਤੇ ਸੂਬੇ ਦੀ ਜਿਹੜੀ ਆਪ ਸਰਕਾਰ ਆ ਉਹਨਾਂ ਤੋਂ ਕਿਸ ਢੰਗ ਨਾਲ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਇਹਨਾਂ ਦੇ ਜਜ਼ਬਾਤ ਦੱਸਦੇ ਆ। ਅਤੇ ਜਿੱਧਰ ਜਵਾਨੀ ਚੱਲ ਪੈਂਦੀ, ਜੇ ਮੋਦੀ ਸਰ ਦੀ ਸਰਕਾਰ ਬਣਾਈ ਸੀ ਤਾਂ ਉਹ ਵੀ ਨੌਜਵਾਨਾਂ ਬਣਾਈ, ਜੇ ਆਪ ਦੀ ਬਣਾਈ ਉਹ ਵੀ ਨੌਜਵਾਨ, ਅਜੇ ਇਹਨਾਂ ਸਰਕਾਰਾਂ ਨੂੰ ਲਾਉਣ 'ਤੇ ਤੁਰ ਪਿਆ ਅਤੇ ਉਹ ਵੀ ਇਹ ਨੌਜਵਾਨ ਲਾ ਕੇ। 5 ਸਾਲ ਪਹਿਲਾਂ ਮਤਲਬ ਇੱਥੋਂ ਜਿੱਤ ਕੇ ਗਏ ਜੀ, ਉਹਦੇ ਬਾਰੇ ਕੀ ਤੁਸੀਂ ਇੱਥੇ ਲੈ ਕੇ ਆਏ? ਦੇਖੋ, ਮੈਂ ਸਭ ਤੋਂ ਪਹਿਲਾਂ ਮੈਡੀਕਲ ਕਾਲਜ ਕਪੂਰਥਲਾ ਤਰਨ ਤਾਰਨ ਦਾ ਜਿਹੜਾ ਵੱਡਾ ਟਰੋਮਾ ਸੈਂਟਰ ਤਕਰੀਬਨ 2,250 ਕਿਲੋਮੀਟਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਇਹ ਪਹਿਲਾ ਇੱਕ ਐਸਾ ਇਹ ਹੈਗਾ ਵਾ ਜਿੱਥੇ ਮੈਂ 10,000 ਸੋਲਰ ਲਾਈਟ ਅਪਰੂਵ ਕਰਾਈ, ਜਿਹ 'ਚੋਂ 2,000 ਲੱਗ ਗਈ, ਤੀਸਰੀ ਕਿਸ਼ਤ ਆ ਰਹੀ ਹੈ। ਇਸ ਤੋਂ ਇਲਾਵਾ ਇਹ ਮੈਂ 350 ਪੁਲ ਜਿਹੜਾ ਅੰਦਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਰਨ ਤਾਰਨ ਜੰਡਿਆਲਾ ਔਰ ਟਾਂਗਰੇ ਦੇ ਕੋਲੋਂ ਦੀ ਜਿਹੜਾ ਪ੍ਰੋਜੈਕਟ ਆ ਅੰਮ੍ਰਿਤਸਰ ਤੋਂ ਜਿਹੜਾ ਕਟੜੇ ਤੋਂ ਦਿੱਲੀ ਜਾਣਾ ਵਾ ਉਸ ਰੋਡ ਨੂੰ ਮੈਂ ਇਹਦੇ ਵਿੱਚ ਜੋੜਿਆ। ਇਸ ਤੋਂ ਇਲਾਵਾ ਜਿਹੜਾ ਵਾ ਇੱਕ ਲਾਅ ਯੂਨੀਵਰਸਿਟੀ ਕਹਿ ਰਹੋ, ਇੱਕ ਸ਼ਹਬਾਜਪੁਰ ਸਰਕਾਰੀ ਕਾਲਜ, ਇਸ ਢੰਗ ਦੇ ਨਾਲ ਹੋਰ ਜਿੰਨਾ ਐਮ ਪੀ ਦੇ ਜਿਹੜੇ ਇੰਪੋਰਟੈਂਟ ਮੁੱਦੇ ਸੀ ਜਿਵੇਂ ਖਾਲੜਾ ਅੰਮ੍ਰਿਤਸਰ ਬਾਰਡਰ ਖੋਲ੍ਹਣ ਦੇ, ਹਰ ਮੈਂ ਚੁੱਕਿਆ ਰਿਹਾ ਵਾਂ ਮੇਰੀ 200, ਮੈਂ ਜੋ ਆਪਣਾ ਕਰ ਸਕਿਆ ਮੈਨੂੰ ਉਸ 'ਤੇ ਪੂਰੀ ਤਸੱਲੀ। ਜੀ ਜੰਡਿਆਲਾ ਗੁਰੂ ਵਾਸਤੇ ਵੇਖੋ, ਇੱਕ ਤਾਂ ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਉਸ ਰੋਡ ਦੇ ਉੱਤੇ ਜਿਹੜਾ ਇਹਨੂੰ ਲੈ ਕੇ ਆਏ ਆ, ਉਸ ਤੋਂ ਇਲਾਵਾ ਜਿਹੜਾ ਵਾ ਆਹ ਇੱਕ ਜਿਹੜੀ ਪੂਰੀ ਸੋਲਰ ਲਾਈਟਾਂ ਦੀ ਜਿਹੜੀ ਪੋਲਿਸੀ ਆ ਉਹ ਜੰਡਿਆਲਾ ਹਲਕੇ ਵਾਸਤੇ ਲੈ ਕੇ ਆਇਆ। ਸੋ ਇਹ ਜਿਹੜਾ ਰਲਵਾ ਮਿਲਵਾ ਹੁੰਦਾ ਵਾ ਜਿਹੜਾ ਐਮ ਪੀ ਅਤੇ ਐਮ ਐਲ ਏ ਦੀ ਹਿੰਮਤ ਗਾਹ ਅਸੀਂ ਹੋਰ ਵੀ ਕਰਕੇ ਲੈ। ਮੈਂ ਸਮਝਦਾ ਵਾਂ ਜੀ ਕੋਈ ਵੀ ਦਲ ਬਦਲੂ ਹੋਵੇ ਸਰਕਾਰ ਲੋਕਾਂ ਨੂੰ ਉਹਨੂੰ ਮੂੰਹ ਨਹੀਂ ਲਾਉਣਾ ਚਾਹੀਦਾ, ਦਲ ਬਦਲੂ ਜਿਹੜਾ ਕਿਸੇ ਦਾ ਨਹੀਂ ਗਾ ਉਹ ਲੋਕਾਂ ਦਾ ਵੀ। ਜਿਹੜਾ ਇੰਡੀਆ ਗੱਠਜੋੜ ਵਿੱਚ ਅੱਜ ਰੈਲੀ ਹੋ ਰਹੀ ਦਿੱਲੀ, ਉਹਨੂੰ ਕਿਸ ਤਰ੍ਹਾਂ ਵੇਖਦੇ? ਬਹੁਤ ਜ਼ਬਰਦਸਤ ਰੈਲੀ ਹੋਈ ਅੱਜ, ਮੈਂ ਤਾਂ ਸੁਣ ਕੇ ਹੈਰਾਨ ਹਾਂ, ਉਹਦੀਆਂ ਮੈਂ ਤਸਵੀਰਾਂ ਵੇਖੀਆਂ, ਬਹੁਤ ਜ਼ਬਰਦਸਤ ਰੈਲੀ ਹੋਈ, ਇਹ ਮੋਦੀ ਸਰਕਾਰ ਦੇ ਖਾਤਮੇ ਦੀ ਸ਼ੁਰੂਆਤ ਆ ਧਿਆਨ। ਸਰ ਜਿਸ ਤਰ੍ਹਾਂ ਤੁਹਾਨੂੰ ਟਿਕਟ ਇੱਥੋਂ ਹਲਕੇ ਤੋਂ ਮਿਲ ਜਾਂਦੀ, ਤੁਸੀਂ ਕਿਹੋ ਜਿਹੇ ਕੰਮ ਕਰੋਗੇ? ਭਾਜੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਇੱਕ ਇਮਾਨਦਾਰੀ ਨਾਲ ਮੈਂ ਕੰਮ ਕੀਤਾ, ਚੰਦ ਕੋਲ ਲੀਡਰ ਹੋਣੇ ਜਿਨ੍ਹਾਂ ਦੇ ਉੱਤੇ ਕਦੀ ਕੋਈ ਪੈਸੇ ਦਾ ਇਲਜ਼ਾਮ ਨਹੀਂ ਲੱਗਾ ਉਹਨਾਂ 'ਚ ਇੱਕ ਇਮਾਨਦਾਰੀ ਨਾਲ ਅੱਗੇ ਵੀ ਕੀਤਾ ਅਤੇ ਕੰਮ ਵੀ ਕਰਾਂ।